ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਕਬੱਡੀ ਸਟਾਰ 7 ਤੇ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਸਾਲ ਯੂਰੋਪ ਵਿੱਚ ਕਬੱਡੀ ਮੈਚ ਕਦੋਂ ਸ਼ੁਰੂ ਹੋਣਗੇ ਤੇ ਕਿਹੜੇ ਪਲੇਅਰ ਖੇਡਣਗੇ, ਲਾਈਵ ਕਿਹੜੇ ਚੈਨਲ ਤੇ ਚੱਲੇਗਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਯੂਰੋਪ ਕਬੱਡੀ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਫਰੈਂਕਫੋਰਟ ਵਿੱਚ ਕਰਵਾਇਆ ਜਾਵੇਗਾ, ਜੋ 30 ਜੂਨ ਨੂੰ ਕਰਵਾਇਆ ਜਾਵੇਗਾ। ਇਸ ਕਬੱਡੀ ਕੱਪ 'ਤੇ ਪਹਿਲਾ ਇਨਾਮ 3100 ਯੂਰੋ ਅਤੇ ਦੂਜਾ ਇਨਾਮ 2500 ਯੂਰੋ ਹੋਵੇਗਾ। ਇਸ ਮੈਚ ਤੋਂ ਬਾਅਦ ਹਰ ਵੀਕ ਯੂਰੋਪ ਵਿੱਚ ਮੈਚ ਕਰਵਾਏ ਜਾਣਗੇ। ਇਸ ਤੋਂ ਅਗਲਾ ਮੈਚ 7 ਜੁਲਾਈ ਨੂੰ ਬੈਲੇਜ਼ੀਅਮ ਦੇ ਵਿੱਚ ਹੋਵੇਗਾ। ਇਸ ਸਾਲ ਯੂਰੋਪ ਵਿੱਚ ਜੋ ਪਲੇਅਰ ਖੇਡਣਗੇ, ਸੁਨੀਲ ਧਮਧਾਮ ਸਾਹਿਬ, ਅੰਕਿਤ ਲਾਠ, ਬਿੱਲੀ ਲੱਲੀਆਂ, ਹੈਰੀ ਧੁਲੇਟਾ, ਪਿੰਦੂ ਦੁਤਾਲ, ਜੱਗੀ ਭਲਵਾਨ, ਬਿੱਲਾ ਜੋਲ, ਸੁੱਖਾ ਮੱਗਾ, ਕੁਲਦੀਪ ਸ਼ਿਕਾਰਮਾਸ਼ੀਆਂ, ਕਾਕਾ ਸ਼ਕਰਪੁਰ, ਇਹਨਾਂ ਪਲੇਅਰਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਵਾਰ ਯੂਰੋਪ ਵਿੱਚ ਖੇਡਣਗੇ। ਇਹਨਾਂ ਕਬੱਡੀ ਕੱਪਾਂ ਦਾ ਲਾਈਵ ਪੰਜਾਬੀ ਲਾਈਵ ਟੀਵੀ ਯੂਟਿਊਬ ਚੈਨਲ 'ਤੇ ਚੱਲੇਗਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਕਨੇਡਾ, ਅਮੈਰੀਕਾ, ਇੰਗਲੈਂਡ, ਯੂਰੋਪ, ਹੋਰ ਕਬੱਡੀ ਕੱਪਾਂ ਦੀ ਅਪਡੇਟ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।